ਪਠਾਨਕੋਟ 에ਅਰਬੇਸ ਨੇੜਿਓਂ ਇੱਕ ਸ਼ੱਕੀ ਗ੍ਰਿਫਤਾਰ ਗੁਰਦਾਸਪੁਰ 'ਚ ਵੀ ਵੇਖੇ ਗਏ ਦੋ ਸ਼ੱਕੀ ਤਿਬੜੀ ਕੈਂਟ ਦੇ ਨੇੜੇ ਵੇਖੇ ਗਏ ਸ਼ੱਕੀ ਗੰਨੇ ਦੇ ਖੇਤਾਂ 'ਚ ਤਲਾਸ਼ੀ ਅਭਿਆਨ ਜਾਰੀ ਫੌਜ ਦੀ ਵਰਦੀ ਵਿੱਚ ਸਨ ਐਸਪੀ ਸਲਵਿੰਦਰ ਸਿੰਘ ਨੂੰ ਐਨਆਈਏ ਦੀ ਟੀਮ ਮੁੜ ਲੈ ਕੇ ਗਈ ਉਹਨਾਂ ਸਾਰੀਆਂ ਥਾਵਾਂ 'ਤੇ ਜਿੱਥੇ ਜਿੱਥੇ 31 ਅਤੇ 1 ਦੀ ਰਾਤ ਉਹ ਆਪਣੇ ਦੋ ਸਾਥੀਆਂ ਨਾਲ ਗਏ ਸਨ ਅਤੇ ਉਹਨਾਂ ਨੂੰ ਅਗਵਾ ਕੀਤਾ ਗਿਆ ਸੀ ਡਿਪਟੀ ਸੀਐਮ ਸੁਖਬੀਰ ਬਾਦਲ ਦਾ ਦਾਅਵਾ ਪਠਾਨਕੋਟ ਦਹਿਸ਼ਤਗਰਦੀ ਹਮਲੇ ਬਾਰੇ ਪੰਜਾਬ ਸਰਕਾਰ ਨੂੰ ਨਹੀਂ ਸਗੋਂ ਪੰਜਾਬ ਸਰਕਾਰ ਵੱਲੋਂ ਕੇਂਦਰੀ ਏਜੰਸੀਆਂ ਨੂੰ ਦਿੱਤੀ ਗਈ ਸੀ ਜਾਣਕਾਰੀ ਲੈਫਟੀਨੈਂਟ ਜਨਰਲ ਕੇਜੇ ਸਿੰਘ ਪਠਾਨਕੋਟ ਦਹਿਸ਼ਤਗਰਦੀ ਹਮਲੇ ਨੂੰ ਲੈ ਕੇ ਮੀਡੀਆ ਦੇ ਹੋਏ ਮੁਖਾਤਬ ਕਿਹਾ 에ਅਰਬੇਸ ਵਿੱਚ ਅਜੇ ਵੀ ਕੰਮ ਕਰ ਰਹੇ ਨੇ ਬੰਬ ਨਿਰੋਧਕ ਦਸਤੇ 에ਅਰਬੇਸ ਵਿੱਚ ਪਰਿਵਾਰਾਂ ਦੇ ਰਹਿਣ ਦੇ ਚੱਲਦਿਆਂ ਆਪਰੇਸ਼ਨ ਦੇ ਦੌਰਾਨ ਵਰਤੀ ਗਈ ਅਹਿਤਿਆਤ ਏਅਰਫੋਰਸ ਅਤੇ ਐਨਆਈਏ ਕਰ ਰਹੇ ਨੇ ਜਾਂਚ ਐਲਓਸੀ ਦੇ ਨੇੜੇ ਸਾਹਮਣੇ ਆਇਆ ਘੁਸਪੈਠ ਦਾ ਵੀਡੀਓ ਇੱਕ ਮਹੀਨੇ ਪਹਿਲਾਂ ਦੀ ਦੱਸੀ ਜਾ ਰਹੀ ਹੈ ਵੀਡੀਓ ਵਿੱਚ ਕੁਝ ਲੋਕ ਕਰ ਰਹੇ ਨੇ ਘੁਸਪੈਠ ਫੌਜ ਨੇ ਨਹੀਂ ਕੀਤੀ ਇਸ ਘੁਸਪੈਠ ਦੀ ਤਸਦੀਕ ਜ਼ੀ ਮੀਡੀਆ ਵੀ ਨਹੀਂ ਕਰਦਾ ਵੀਡੀਓ ਦੀ ਤਸਦੀਕ ਪਠਾਨਕੋਟ ਦੇ ਬਮਿਆਲ ਖੇਤਰ ਵਿੱਚ ਮਿਲੇ ਸ਼ੱਕੀ ਲੋਕਾਂ ਦੇ ਬੂਟਾਂ ਦੇ ਨਿਸ਼ਾਨ ਦਹਿਸ਼ਤਗਰਦਾਂ ਦੀਆਂ ਹੋ ਸਕਦੀਆਂ ਨੇ ਪੈੜਾਂ ਲੁਧਿਆਣਾ ਦੇ ਬਾਜ਼ਾਰ ਵਿੱਚ ਧੜੱਲੇ ਨਾਲ ਵਿਕ ਰਹੀਆਂ ਨੇ ਫੌਜ ਤੇ ਪੁਲਿਸ ਦੀਆਂ ਵਰਦੀਆਂ ਸੁਰੱਖਿਆ ਲਈ ਬਣ ਰਹੀਆਂ ਨੇ ਖਤਰਾ ਦਹਿਸ਼ਤਗਰਦ ਕਰ ਰਹੇ ਨੇ ਵਰਦੀਆਂ ਦੀ ਵਰਤੋਂ ਹਰਿਆਣਾ ਸਰਕਾਰ ਵੱਲੋਂ ਸ਼ਹੀਦ ਗੁਰਸੇਵਕ ਸਿੰਘ ਦੇ ਪਰਿਵਾਰ ਨੂੰ ਮੁਆਵਜ਼ੇ ਦੀ ਰਕਮ ਤੇ ਰਾਮੂ ਵਾਲੀਆਂ ਨੇ ਚੁੱਕੇ ਸਵਾਲ ਕਿਹਾ 2-2 ਕਰੋੜ ਦੇ ਵਿਕ ਜਾਂਦੇ ਨੇ ਪੰਜਾਬ 'ਚ ਪਸ਼ੂ ਪਰ ਹਰਿਆਣਾ ਸਰਕਾਰ ਵੱਲੋਂ 20 ਲੱਖ ਦੀ ਰਕਮ ਹੈ ਬੇਹੱਦ ਘੱਟ ਦਸਵੀਂ ਤੇ ਬਾਰ੍ਹਵੀਂ ਵਿੱਚ ਖਰਾਬ ਨਤੀਜੇ ਆਉਣ ਵਾਲੇ ਅਧਿਆਪਕਾਂ ਦੀ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਨੇ ਲਈ ਕਲਾਸ ਅਧਿਆਪਕਾਂ ਤੋਂ ਮੰਗੇ ਗਏ ਜਵਾਬ